ਚੰਗੇ ਭਵਿੱਖ ਦੇ ਲਈ ਅਮਰੀਕਾ ਦੇ ਵਿੱਚ ਗਏ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 8 ਸਾਲ ਪਹਿਲਾਂ ਇਹ ਪੰਜਾਬੀ ਨੌਜਵਾਨ ਅਮਰੀਕਾ ਦੇ ਵਿੱਚ ਗਿਆ ਸੀ, ਉੱਥੇ ਟਰਾਲਾ ਚਲਾ ਰਿਹਾ ਸੀ, ਪਰ ਅਚਾਨਕ ਹੀ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਉਸਦੇ ਦੋਸਤਾਂ ਨੇ ਫੋਨ ਕਰਕੇ ਇਸਦੀ ਜਾਣਕਾਰੀ ਦਿੱਤੀ, ਜਿਸ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਹਾਲਾਂਕਿ ਇਲਾਕੇ ਦੇ ਵਿੱਚ ਵੀ ਮਾਹੌਲ ਜੋ ਹੈ ਕਾਫੀ ਜ਼ਿਆਦਾ ਗਮਗੀਨ ਹੋ ਗਿਆ। ਤਾਂ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਹਾਰਟ ਅਟੈਕ ਦੇ ਨਾਲ ਇੱਕ 33 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ 2016 ਦੇ ਵਿੱਚ ਕਪੂਰਥਲਾ ਦਾ ਪ੍ਰਗਟ ਸਿੰਘ ਅਮਰੀਕਾ ਦੇ ਵਿੱਚ ਗਿਆ ਸੀ ਅਤੇ ਉੱਥੇ ਇਹ ਟਰਾਲਾ ਚਲਾ ਰਿਹਾ ਸੀ। ਸਾਰਾ ਕੁਛ ਚੰਗਾ ਚੱਲ ਰਿਹਾ ਸੀ, ਪਰ ਕਿਹਾ ਜਾ ਰਿਹਾ ਕਿ ਅਚਾਨਕ ਹੀ ਉਸ ਦਿਨ ਇਸਦੀ ਤਬੀਅਤ ਖਰਾਬ ਹੁੰਦੀ ਹੈ ਅਤੇ ਇਸਦੇ ਦੋਸਤਾਂ ਦੇ ਵੱਲੋਂ ਤੁਰੰਤ ਹਸਪਤਾਲ ਲਿਜਾਇਆ ਜਾਂਦਾ, ਪਰ ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ। ਤਾਂ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਅਤੇ ਭਾਰਤ ਸਰਕਾਰ ਕੋਲ ਇਹੀ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇਹ ਹੈ ਉਹ ਵਾਪਸ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਸਦਾ ਸੰਸਕਾਰ ਕੀਤਾ ਜਾ ਸਕੇ। ਤਾਂ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਚੰਗੇ ਭਵਿੱਖ ਦੇ ਲਈ ਅਮਰੀਕਾ ਦੇ ਵਿੱਚ ਗਏ ਇੱਕ 33 ਸਾਲ ਦੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਦੋਸਤਾਂ ਦੇ ਵੱਲੋਂ ਇਹ ਜਾਣਕਾਰੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਦੇ ਉੱਤੇ ਦਿੱਤੀ ਗਈ, ਜਿਸ ਤੋਂ ਬਾਅਦ ਲਗਾਤਾਰ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਭਾਰਤ ਸਰਕਾਰ ਨੂੰ ਵੀ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇਹ ਹੈ ਉਸਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਮੈਂ ਪਰਮਜੀਤ ਸਿੰਘ, ਮੇਰਾ ਬ੍ਰਦਰ ਪ੍ਰਗਟ ਸਿੰਘ, ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਅਤੇ 8 ਸਾਲ ਦੇ ਹੋਣ ਦੇ ਦੌਰਾਨ ਬਾਅਦ 'ਚ ਇਹਦੀ ਸਾਨੂੰ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹਦੀ ਨਾ ਡੈਥ ਹੋ ਗਈ ਹੈ ਅਟੈਕ ਦੇ ਨਾਲ। ਇਹਦੇ ਨਾਲ 3-4 ਮੁੰਡੇ ਰਹਿ ਰਹੇ ਸੀ, ਉਹਨਾਂ ਨੇ ਸਾਨੂੰ ਕਾਲ ਕੀਤੀ। ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਿਆ ਐਂਬੂਲੈਂਸ 'ਚ ਹੋਸਪਿਟਲ। ਹੋਸਪਿਟਲ ਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਇਹਦਾ ਟ੍ਰੀਟਮੈਂਟ ਥੋੜ੍ਹਾ ਪਤਾ ਕੀਤਾ, ਬਟ ਨਹੀਂ, ਉਹਨਾਂ ਨੇ ਇਹਨੂੰ ਨਾ ਡੈਥ ਕਰਾਰ ਦੇ ਕੇ ਮਤਲਬ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਕਿ ਇਹਦੀ ਮਤਲਬ ਡੈਥ ਹੋ ਚੁੱਕੀ ਆ। ਅਤੇ ਫਿਰ ਇੱਥੇ ਮੈਂ ਉਸਦਾ ਡੈਡੀ ਜੀ ਉਹਨਾਂ ਨੂੰ ਦੱਸਿਆ ਕਿ ਇਹਦੀ ਡੈਥ ਹੋ ਗਈ ਪ੍ਰਗਟ ਵੀਰ ਦੀ, ਅਤੇ ਇਹਨਾਂ ਨੇ ਸਾਰਿਆਂ ਨੂੰ ਪਤਾ ਚੱਲਿਆ। ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ, ਅਸੀਂ ਉੱਥੇ ਰਹਿ ਰਹੇ ਸੀ। ਫਿਰ 2 ਸਾਲ ਹੋ ਗਿਆ ਸਾਨੂੰ, ਅਸੀਂ ਇੱਥੇ ਨਾ ਸੁਲਤਾਨਪੁਰ ਆਏ ਹੋਏ ਵੀ ਇਨਕਲੇਵ, ਇਸ ਟਾਈਮ ਇੱਥੇ ਰਹਿ ਰਹੇ ਹਾਂ ਜੀ। ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ। ਪ੍ਰਗਟ ਸਿੰਘ ਮੇਰਾ ਵੀਰ ਇਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ, ਵੀਰ ਦੇ ਪੇਪਰ ਹੁਣ ਇਹਦਾ ਅਪ੍ਰੈਲ ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲਣ ਦੀ ਆਸ ਸੀ, ਤੇ ਵੀਰ ਨੇ ਜਿੱਦਾਂ ਹੁਣ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਹੁਤੇ ਪੇ ਕੀਤੇ ਸੀ ਜਾ ਕੇ, ਤੇ ਵੀਰ ਨੂੰ ਗਿਆ ਨੂੰ 8 ਸਾਲ ਹੋ ਗਏ ਆ। ਤੇ ਵੀਰ ਨੇ ਹੁਣ ਇਹ ਗੱਲ ਕਹੀ ਸੀ ਕਿ ਚੱਲ ਜਲਦੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਚੱਕਰ ਮਾਰੂੰਗਾ, ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀਰ ਦੀ। ਵੀਰ ਜੀ ਟਰਾਲਾ ਚਲਾ ਰਿਹਾ ਸੀ ਜਦੋਂ ਇਹਨਾਂ ਨੇ, ਮਤਲਬ ਕਾਫੀ ਟਾਈਮ ਤੋਂ ਹੁਣ 4-5 ਸਾਲ ਹੋ ਗਏ ਟਰਾਲਾ ਹੀ ਚਲਾ ਰਿਹਾ ਸੀ, ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ। ਹਾਂਜੀ ਹਾਂਜੀ, ਮੈਂ ਜਸਵੀਰ ਸਿੰਘ, ਪੁੱਤਰ ਸਾਹਿਬ ਸੋਹਣ ਸਿੰਘ, ਵਾਸੀ ਪਿੰਡ ਵਾਟਾਂ ਵਾਲੀ ਖੁਰਦ। ਹੁਣ ਮੈਂ ਇਸ ਵੇਲੇ ਪਿਛਲੇ 2 ਸਾਲਾਂ ਤੋਂ ਵੇ ਇਨਕਲੇਵ ਸੁਲਤਾਨਪੁਰ ਲੋਧੀ ਵਿੱਚ ਰਹਿ ਰਿਹਾ। ਮੇਰਾ ਬੇਟਾ ਪ੍ਰਗਟ ਸਿੰਘ ਮਾਰਚ 2016 ਚ ਅਮਰੀਕਾ ਗਿਆ ਸੀ ਰੋਜ਼ੀ ਰੋਟੀ ਦੇ ਚੱਕਰ ਚ ਵਿਦੇਸ਼, ਤੇ ਉੱਥੇ ਉਹਦੇ ਵਰਕ ਪਰਮਿਟ ਤੇ ਸੀ, ਉਹਦਾ ਕੇਸ ਵੀ ਲੱਗਾ ਹੋਇਆ ਸੀ ਕਨਫਰਮ ਹੋਣ ਵਾਸਤੇ ਵਕੀਲ ਕੋਲੇ। $20,000 ਉਸ ਵੇਲੇ ਅਸੀਂ ਭਰਿਆ, ਬੌਂਡ ਵੀ ਉਹਦਾ ਭਰਿਆ ਆਇਆ ਸੀ। ਤੇ ਹੁਣ ਪਿਛਲੇ ਦਿਨ ਅਚਾਨਕ 5 ਤਰੀਕ ਨੂੰ, 5 ਮਾਰਚ ਨੂੰ ਮੰਗਲਵਾਰ ਉਹਦੇ ਸਾਨੂੰ ਖਬਰ ਆਈ, ਉਹਦੇ ਨਾਲ ਦੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ।
ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਹੀ ਸਵੇਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ। ਪਹਿਲਾਂ ਵੀਡੀਓ ਕਾਲ ਕਰਕੇ ਘਰੇ ਵੀ ਕਰਦਾ ਰਿਹਾ, ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ। ਅਚਾਨਕ ਅਟੈਕ ਹੋਣ ਨਾਲ ਨਾਲ ਦੇ ਸਾਥੀ ਉਹਨੂੰ ਲੈ ਕੇ ਗਏ ਹੋਸਪਿਟਲ, ਤੇ ਹੋਸਪਿਟਲ ਜਾਣ ਤੇ ਥੋੜਾ ਇੱਕ ਵਾਰੀ ਉਹਨੇ ਥੋੜਾ ਰਿਕਵਰ ਵੀ ਕੀਤਾ, ਪਰ ਦੁਬਾਰਾ ਅਟੈਕ ਆਉਣ ਤੇ ਉਹਦਾ ਉੱਥੇ ਡੈਥ ਹੋ ਗਈ ਆ। ਤੇ ਹੁਣ ਬੋਡੀ ਉਹਦੀ ਇਸ ਵੇਲੇ ਉੱਥੇ ਮੋਰਚਰੀ ਚ ਪਈ ਆ। ਸਟੋਕਟਨ ਸ਼ਹਿਰ ਵਿੱਚ ਰਹਿੰਦਾ ਸੀ ਕੈਲੀਫੋਰਨੀਆ, ਤੇ ਪਰਿਵਾਰ ਉਹਦੀ ਮਦਰ ਦੀ ਕੰਡੀਸ਼ਨ ਬਹੁਤ ਮਿਜ਼ਰੇਬਲ ਕੰਡੀਸ਼ਨ ਆ। ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਹੈ ਭਾਰਤ ਸਰਕਾਰ ਕੋਲੋਂ ਵੀ ਉਸਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਪਰਿਵਾਰ। ਇਹ ਹਾਂ, ਇਸ ਕੰਮ ਲਈ ਅਸੀਂ ਇਸ ਤੋਂ ਪਹਿਲਾਂ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਉਹਨਾਂ ਪਾਸ ਬੇਨਤੀ ਕੀਤੀ ਆ, ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਕੇਸ ਨੂੰ ਪ੍ਰਾਇਓਰਟੀ ਤੇ ਲਵਾਂਗੇ। ਔਰ ਪ੍ਰਗਟ ਸਿੰਘ ਅਨਮੈਰਿਡ ਸੀ, ਵੱਡਾ ਬੇਟਾ ਮੇਰਾ ਪਰਮਜੀਤ ਸਿੰਘ ਇੱਥੇ ਆ, ਤੇ ਉਮਰ ਇਹਦੀ ਲਗਭਗ 33 ਸਾਲ ਸੀ, 32-33 ਸਾਲ। ਨਹੀਂ ਜੀ, ਕੋਈ ਕਿਸੇ ਕਿਸਮ ਦੀ ਨਹੀਂ। ਇਹ ਤਾਂ ਅਚਾਨਕ ਉਦਣ ਸਾਨੂੰ ਮਤਲਬ ਉਹ ਵੀ ਨਾਲ ਦੇ ਸਾਥੀਆਂ ਨੇ ਮੁੰਡੇ, ਇੱਕ ਤਾਂ ਆਪਣੇ ਕਪੂਰਥਲੇ ਜ਼ਿਲ੍ਹੇ ਦਾ ਹੀ ਆ ਜਿਹਨੇ, ਜਿਹੜਾ ਹੁਣ ਵੀ ਉਹਦੇ ਕੋਲ ਇਹਦਾ ਸਾਰਾ ਰਿਕਾਰਡ ਉੱਥੇ ਪਿਆ ਵਾ, ਤੇ ਇੱਕ ਪਟਿਆਲੇ ਦਾ ਸੀ ਬੰਦਾ, ਇੱਕ ਗੋਇੰਦਵਾਲ ਸਾਹਿਬ ਦਾ ਸੀ ਜਿਹੜੇ ਦੇ ਨਾਲ ਰਹਿੰਦੇ ਸੀ ਸਾਥੀ। ਉਹਨਾਂ ਹੀ ਸਾਨੂੰ ਫੋਨ ਕਰਕੇ ਦੱਸਿਆ ਵਾ ਵੀ ਜਿੱਦਣ ਇਹ ਘਟਨਾ ਹੋਈ ਆ ਵੀ ਆ ਅਚਾਨਕ ਇਹਦੇ ਆਹ ਪ੍ਰੋਬਲਮ ਆਈ ਆ। ਬਸ ਇਹੋ ਹੀ ਸਾਰਾ ਚੱਕਰ, ਇੰਨੇ ਮਤਲਬ ਇਸ ਵੇਲੇ ਉਹਦੀ ਡੈਡ ਬੋਡੀ ਸਟੋਕਟਨ ਸ਼ਹਿਰ ਵਿੱਚ ਪਈ ਹੈ। ਵਿਦੇਸ਼ ਵਿੱਚ ਪਹਿਲਾਂ ਜਾ ਕੇ ਉਹਨੇ 1.5 ਸਾਲ ਮਤਲਬ ਰੈਸਟੋਰੈਂਟ 'ਚ ਕੰਮ ਕੀਤਾ, ਬਾਅਦ 'ਚ ਉਹਦਾ ਡਰਾਈਵਿੰਗ ਲਾਇਸੈਂਸ ਬਣ ਗਿਆ। ਡਰਾਈਵਿੰਗ ਲਾਇਸੈਂਸ ਬੜਾ ਲੱਕੀ ਸੀ, ਉਹ 31-12-25 ਤੱਕ ਵੈਲਿਡ ਆ ਜੇ, ਉਹਦੇ ਕੋਲ ਉੱਥੇ ਪਿਆ ਵਾ ਪੇਪਰ ਸਾਰੇ ਸਾਂਭੇ ਹੋਇਆ, ਤੇ ਉਹ ਟਾਲੇ ਤੇ ਮਤਲਬ ਕੰਮ ਕਰਦਾ ਸੀ। ਉਦੋਂ ਵੀ ਉਹ 3-4 ਦਿਨਾਂ ਤੋਂ ਘਰ ਆਇਆ ਸੀ ਉਹ, ਕਿਉਂਕਿ ਮਹੀਨੇ ਦੀਆਂ ਪਹਿਲੀਆਂ ਡੇਟਾਂ ਸੀ ਰੈਂਟ ਰੁੰਟ ਦੇਣਾ ਸੀ ਕਰਕੇ, ਤੇ ਉਹਨੇ ਅਗਲੇ ਦਿਨ ਸੁਭਾ ਮਤਲਬ ਸਾਥੀ ਦੱਸਦੇ ਵੀ ਉਹਨੇ ਕੱਪੜੇ ਪੈਕ ਕੀਤੇ ਸੀ ਵੀ ਮੈਂ ਜਾ ਰਿਹਾ ਕੰਮ ਤੇ, ਟਰਾਲੇ ਤੇ ਹੀ ਜਾਣਾ ਸੀਗਾ। ਟਰਾਲੇ, ਹਾਂਜੀ, ਟਰਾਲੇ ਦਾ ਕਾਰੋਬਾਰ ਸੀ ਉਹਦਾ ਉੱਥੇ। ਹਾਂਜੀ।